कि सारा संसार जरा मन में विचार, कौन है सुखी संसार में। ओ बंदे दुखों से ना हार, दुखी सारा संसार जरा मन में विचार, कौन है सुखी संसार में। ओ भैया कौन है सुखी संसार में। कोई चाहे धन माल, कोई मांगे एक लाल, सारी दुनिया बेहाल, डूबी हुई अंधकार में। वो बंदे दुखों से ना हार, दुखी सारा संसार जरा मन में विचारी, कौन है सुखी संसार में। वो भैया कौन है सुखी संसार में। जल्द बीतेगा दुख का जमाना, रक्त सल्ली ना तू डगमगाना, जल्द बीतेगा दुख का जमाना। दुख जाए यूं ही बीत, गूंजे प्यारे प्यारे गीत, घबराना नहीं बीत, खो जा सतगुरु के सच्चे प्यार में। हो दुख जाए यूं ही बीत, मुझे प्यारे प्यारे गीत, घबराना नहीं मीत, खो जा सतगुरु के सच्चे प्यार में। हो बंदे दुखों से ना हार, दुखी सारा संसार जरा मन में विचार, कौन है सुखी संसार में। हो मनवा कौन है सुखी संसार में। सवेरा
धर्मपाल की पुकार सतगुर करे स्वीकार फिर होगा बेड़ा पार डूबी हुई गार की पुकार प्रभु करे स्वीकार फिर होगा बेड़ा पार डूबी हुई मजेदार का हो बंदे दुखों से नाहार दुखी सारा संसार जरा मन में विचार कौन है सुखी संसार में हो बंदे दुखों से नाहार दुखी सारा संसार जरा मन में विचार कौन है सुखी संसार में हो भैया कौन है सुखी संसार में हो मनवा कौन है सुखी संसार में धन धन सतगुरु तेरा ही आसरा। बड़ा अच्छी पढ़ाई करता है भाई बड़ा नेक स्वभाव का है ऐसा ख्याल होना चाहिए। दुखी है कि मन जो है ये मन ने सारों को तड़पा रखा है मन के कई खाते हैं मन के कई सोते हैं सारी कार्रवाई मन से चलती है। हाँ जी धर्मपाल जी खोर सुना फिर ऐ तो सुन लाँगे फिर आप भाई लंगर लुंगर खवावेंगे प्रेमियों। हाँ जी कोई धन धन सतगुरु तेरा ही आसरा ये धर्मपाल की पकार ते ये है साड़ी सतगुरु दी सच्ची सरकार ते रवि भी कहंदा है कि रवि की कहना ना तू कभी रब मैं दास आप सारे दास है संतान ने सारे सेवादार पर यह जरा गाँव का काम है यह तो कोई मालक जी तो रहमत करे लखां चों किसी आदमी नू मालक दया करता है नहीं तो संघ का आदमी खड़ा ही नहीं होंदा। ਹੁਣ ਇੱਕ ਗੇਟ 'ਤੇ ਰਹਿੰਦਾ ਸੀ ਮੂੰਹ ਨਾਲ ਦਾ ਹੁਣ ਇਹ ਡੇਰਾ ਜਿਹੜਾ ਬਣਿਆ ਹੈ ਰਘਵੀਰ ਜੀ ਨੇ ਕਿਹਾ ਸੀ ਵੀ ਇੱਥੇ ਰੋਲਿਆ ਖੁਲਿਆ ਬੰਦਾ ਆਊਗਾ ਰੁਦੂ ਪ੍ਰਤਾਮ ਅਤੇ ਖੁਸ਼ ਹੋ ਕੇ ਸਾਰੇ ਜਾਂਦੇ ਨੇ ਅਸੀਂ ਸਾਰੇ ਰੋਲੇ ਪੁਲੇ ਆਏ ਸੀਗੇ ਠੋਕਰਾ ਖਾਂਦੇ ਆਏ ਸੀਗੇ ਅਤੇ ਮੈਨੇਜਰ ਸਾਹਿਬ ਦੀ ਰਹਿਮਤ ਹੈ ਸਾਰੇ ਬਾਗੋ ਬਾਗ ਹੈ ਰੋਲਿਆ ਖੋਲਿਆ ਬੰਦਾ ਇੱਥੇ ਆਉਂਦਾ ਅਸੀਂ ਸ਼ਰਾਬੀ ਬੰਦੇ ਦੀ ਵੀ ਰਾਤ ਕਟਾਉਂਦੇ ਹਾਂ ਕਿ ਇਹ ਮੁਸੀਬਤ ਸਾਡੇ 'ਤੇ ਵੀ ਕਦੇ ਪੈ ਸਕਦੀ ਹੈ ਅਸੀਂ ਅੰਦਰ ਨਹੀਂ ਵਾੜਦੇ ਤਾਂ ਕੋਈ ਗੱਲ ਨਹੀਂ ਬਾਹਰ ਗੇਟ 'ਤੇ ਉਹਨੂੰ ਕੱਪੜਾ ਵੀ ਦਿੰਦੇ ਹਾਂ ਰੋਟੀ ਵੀ ਦਿੰਦੇ ਹਾਂ ਚਾਹ ਵੀ ਦਿੰਦੇ ਹਾਂ ਸੰਭਾਲਦੇ ਹਾਂ ਹੁਣ ਸਾਡਾ ਕਿਤੇ ਰਾਹ 'ਚ ਕਿਸੇ ਐਕਸੀਡੈਂਟ ਹੋ ਜਾਵੇ ਸਾਨੂੰ ਸ਼ਰਾਬੀ ਬੰਦੇ ਸੰਭਾਲ ਲੈਣਗੇ ਹਸਪਤਾਲ 'ਚ ਲਿਜਾਣਗੇ ਕਰੋ ਗੱਲ ਹੈ ਇਹ ਨਾ ਸੋਚੋ ਵੀ ਇਹ ਸ਼ਰਾਬੀ ਹੈ ਨਾ ਸਭ ਦੀ ਮਦਦ ਕਰੋ ਸਭ ਦੀ ਹੈਲਪ ਕਰੋ ਇਹ ਮੁਸੀਬਤ ਦੀ ਘੜੀ ਪਤਾ ਨਹੀਂ ਕਦੋਂ ਕਿਸੇ 'ਤੇ ਆ ਜਾਵੇ ਅਸੀਂ ਇੱਧਰੋਂ ਇਹਨਾਂ ਦੇ ਕੋਰਿਆਂ ਤੋਂ ਆਏ ਅਤੇ ਜਦੋਂ ਚੋਰ ਮਾਰ ਪਿੰਡ 'ਚ ਆਏ ਤਾਂ ਛੱਟੀਆਂ ਦੇ ਢੇਰ ਲੱਗੇ ਪਏ ਸੜਕਾਂ 'ਤੇ ਇੱਕ ਮੋਟਰਸਾਈਕਲ 'ਤੇ ਬੰਦਾ ਮਹਾਤਮਾ ਭਗਵੇਂ ਕੱਪੜਿਆਂ ਵਾਲਾ ਅਤੇ ਮੇਰੇ ਵਾਲੇ ਪਾਸੇ ਉਹਨੂੰ ਐਂ ਹੱਥ ਜਾ ਕਰ ਰੱਖਿਆ ਅਤੇ ਮੋਟਰਸਾਈਕਲ ਦੇ ਵਿੱਚ ਥੱਲੇ ਢਾਈ ਤਿੰਨ ਦਾ ਟਾਈਮ ਗੱਡੀ ਖੜਾਈ ਦਾਰੂ ਪੀਤੀ ਉਸ ਮਹਾਤਮਾ ਦੀ ਲਾ ਲਓ ਹਿਸਾਬ ਲੈ ਉਹ ਬਾਣੇ ਨੂੰ ਅਸੀਂ ਬਦਨਾਮ ਕਰ ਰੱਖਿਆ ਉਹ ਫਕੀਰੀ ਨੂੰ ਬਦਨਾਮ ਕਰ ਰੱਖਿਆ ਜਿਹੜੇ ਬਾਣੇ ਦੇ ਵਿੱਚ ਅਸੀਂ ਭਗਤੀ ਕੀਤੀ ਆ ਮਾਲਕ ਦੀ ਦਰਗਾਹ ਦੇ ਵਿੱਚ ਰੰਗ ਚੜਾਇਆ ਉਹਨੂੰ ਅਸੀਂ ਅੱਜ ਬਦਨਾਮ ਕਰੀ ਜਾਂਦੇ ਹਾਂ ਆਹ ਤਾਂ ਸਾਡੇ ਆਗੂਆਂ ਦਾ ਹਾਲ ਹੈ ਫਕੀਰੀ ਬਦਨਾਮ ਕਰਕੇ ਰੱਖਤੀ ਦੇਖੋ ਬਈ ਡਰ ਹੀ ਹੈ ਨਹੀਂ ਸਾਨੂੰ ਪਰਮਾਤਮਾ ਦਾ ਸਤਿਗੁਰ ਦਾ ਉਹ ਸ਼ਬਦ ਸੁਣਾ ਵੀ ਤੂੰ ਤੇਰਾ ਲੁੱਟ ਲਿਆ ਖਜ਼ਾਨਾ ਕਿਹੜਾ ਤੂੰ ਬੋਲਿਆ ਸੀਗਾ ਫਿਰ ਤਾਂ ਇੱਥੋਂ ਬੁਲਾਵਾਂਗੇ ਵਾਹ ਜੀ ਵਾਹ ਧੰਨ ਸਤਿਗੁਰੂ ਤੇਰਾ ਹੀ ਆਸਰਾ ਹਰ ਜਗ੍ਹਾ ਸਿਮਰਤ ਸਾਈ ਜੀ ਤੇਰਾ ਹੀ ਆਸਰਾ
ਤੁਸੀਂ ਵੰਡ ਕੇ ਛਕਣ ਨੂੰ ਆਖਿਆ ਪਰ ਇਹ ਇਕੱਲੇ ਖਾਂਦੇ ਨੇ, ਜਾਤ ਪਾਤ ਦੇ ਪਾੜ ਦਿਨੋ ਦਿਨ ਵੱਧਦੇ ਹੀ ਜਾਂਦੇ ਨੇ, ਉਲਝ ਗਿਆ ਏ ਤਾਣਾ ਲੱਗੀਆਂ ਮਜ਼ਬੀ ਅੱਗਾਂ ਨੇ, ਉਲਝ ਗਿਆ ਏ ਤਾਣਾ ਲੱਗੀਆਂ ਮਜ਼ਬੀ ਅੱਗਾਂ ਨੇ, ਵੇਖ ਬਾਬਾ ਜੀ ਹੋ ਵੇਖ ਨਾਨਕਾ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾਂ ਨੇ, ਵੇਖ ਨਾਨਕਾ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾਂ ਨੇ, ਪੱਲੀਏ ਰਹਿੰਦਾ ਸੀਗਾ। ਇਹ ਸ਼ਬਦ ਉੱਤੇ ਮੇਰੇ ਗੱਲ ਯਾਦ ਆ ਗਈ, ਜਦੋਂ ਅਪ੍ਰੈਲ ਦੇ ਮਹੀਨੇ ਆਪਾਂ ਕਣਕਾਂ ਕੱਢ ਲੈਂਦੇ ਹਾਂ ਨਾ ਜੀ, ਸਭ ਲੋਕ ਅਗਰਾਹੀਆਂ ਕਰਦੇ ਨੇ, ਤਾਂ ਇੱਥੋਂ ਬੜੂ ਸਾਹਿਬ ਗੁਰਦੁਆਰਾ ਹੈ ਪੰਜਾਬ 'ਚ, ਉੱਥੋਂ ਦਾ ਸਾਰਾ ਐਡਰੈਸ ਲਿਖਿਆ ਅਤੇ ਟਰੱਕ 'ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੇ ਬੜੇ ਨਾਅਰੇ ਲਿਖੇ, ਅਤੇ ਸਿੱਖਾਂ ਦੇ ਕਮਲ ਕਸੇ ਪਾਏ ਤਲਵਾਰਾਂ ਅਤੇ ਵਰਸੇ ਕੋਲੇ, ਉਹ ਦਾਣੇ ਮੰਗ ਲਿਆ ਕਰਨ ਦੇ ਕੈਂਟਰਾਂ ਦਾ ਅਤੇ ਸ਼ਹਿਰ 'ਚ ਵੇਚਦਿਆ ਕਰਨ। ਉਹ ਜਿਹੜੇ ਨਿੰਗ ਸੀਗੇ ਜਿਹੜੇ ਖਾਲਸੇ ਸੀ, ਉਹ ਮੁਰਗਿਆਂ ਵਾਲੀ ਦੁਕਾਨ 'ਤੇ ਬੈਠੇ ਗੰਦ ਫੂਸ ਖਾਈ ਜਾਣ, ਉਹ ਲੋਕਾਂ ਨੇ ਦੇਖਿਆ ਇਹ ਤਾਂ ਯਾਰ ਉੱਥੇ ਗੁਰਦੁਆਰੇ ਦੇ ਸਿੱਖ ਹੈ ਅਤੇ ਸੇਵਾ ਵਾਸਤੇ ਕਣਕਾਂ ਲਿਜਾਂਦੇ ਆ, ਇਹ ਤਾਂ ਯਾਰ ਮੁਰਗਿਆਂ ਵਾਲੇ ਦੁਕਾਨਾਂ 'ਤੇ ਬੈਠੇ ਹੈ। ਉੱਥੇ ਜ਼ਮੀਂਦਾਰ ਇਕੱਠੇ ਹੋ ਗਏ, ਉਹਨਾਂ ਨੇ ਕਿਹਾ ਸਾਡੀ ਗੱਲ ਕਰਾਓ ਉੱਥੇ, ਉਹ ਕਹਿੰਦੇ ਸਾਡੇ ਬੰਦੇ ਹੀ ਹੈ ਨਹੀਂ, ਇਹ ਤੁਹਾਡੇ ਇੱਧਰ ਦੇ ਬੰਦੇ ਹੈ। ਠੱਗ ਠੁੱਗ ਇਕੱਠੇ ਹੋ ਗਏ, ਉਹਨਾਂ ਨੇ ਟਕਾ ਕੇ ਕੁੱਟੇ ਸਮਾਰ ਕੇ ਲੋਕਾਂ ਨੇ, ਵੀ ਅਸੀਂ ਗਰੀਬ ਆਦਮੀ ਹਾਂ, ਹੱਕ ਲਾਲ ਦੀ ਮਿਹਨਤ ਦੇ ਵਿੱਚੋਂ ਤੁਹਾਨੂੰ ਦਾਣਾ ਫੱਕਾ ਪਾਉਂਦੇ ਹਾਂ, ਇਹ ਤੁਸੀਂ ਮੁਰਗੇ ਖਾਈ ਜਾਂਦੇ ਹੋ, ਦਾਰੂਆਂ ਪੀ ਜਾਂਦੇ ਹੋ। ਤਾਂ ਇਹ ਸ਼ਬਦ ਸਹੀ ਹੈ, ਕਿਵੇਂ ਬੋਲਿਆ ਪਹਿਲਾਂ ਤਾਂ ਤੇਰਾ ਲੁੱਟ ਲਿਆ, ਤੁਸੀਂ ਵੰਡ ਕੇ ਛਕਣ ਨੂੰ ਆਖਿਆ ਪਰ ਇਹ ਇਕੱਲੇ ਖਾਂਦੇ, ਇਕੱਲੇ ਖਾਂਦੇ ਨੇ, ਦੇਖ ਲਓ ਜਾਤ ਪਾਤ ਦੀ ਪਾੜ ਦਿਨੋ ਦਿਨ ਵੱਧਦੇ ਜਾਂਦੇ ਨੇ। ਇਹ ਜਿਹੇ ਲੋਕਾਂ ਨੇ ਸਾਨੂੰ ਲੜਾ ਲੜਾ ਕੇ ਮਾਰਤੇ। ਏਕ ਓਮਕਾਰ, ਸਭ ਦਾ ਇੱਕੋ ਹੀ ਮਾਲਕ ਹੈ, ਦੋ ਨਹੀਂ ਹੈ, ਸਭ ਦਾ ਇੱਕੋ ਹੀ ਮਾਲਕ ਹੈ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਇਸਾਈ ਹੈ, ਕਿਸੇ ਜਾਤੀ 'ਚ ਹੈ, ਨਾਮ ਅਲੱਗ ਅਲੱਗ ਹੈ, ਸਤਿਗੁਰ ਕਹਿ ਲਓ, ਧੰਨ ਧੰਨ ਸਾਹਿਬ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਕ੍ਰਿਸ਼ਨ ਕਹਿ ਲਓ, ਪ੍ਰਭੂ ਕਹਿ ਲਓ, ਪਰਮਾ 'ਚ ਪੈ ਗਈ ਦੁਨੀਆ, ਵਾਹਿਗੁਰੂ ਅੱਲਾਹ ਦਾ ਨਾਮ ਇੱਕੋ ਹੀ ਹੈ, ਇੱਕੋ ਹੀ ਨਾਮ ਹੈ, ਇੱਕੋ ਹੀ ਰਸਤਾ ਹੈ, ਇੱਕੋ ਹੀ ਤਰੀਕਾ ਸਾਡਾ ਜਨਮ ਲੈਣ ਦਾ ਹੈ, ਇੱਕੋ ਹੀ ਤਰੀਕਾ ਸਾਡਾ ਮਰਨ ਦਾ ਹੈ, ਇੱਕੋ ਹੀ ਤਰੀਕਾ ਸਾਨੂੰ ਸਤਿਗੁਰ ਨੂੰ ਮਿਲਣ ਦਾ ਹੈ, ਦੋ ਤਰੀਕੇ ਨਹੀਂ ਹੈ। ਤਾਂ ਬਈ ਇਸ ਤਰ੍ਹਾਂ ਕਰਕੇ ਪਤਾ ਨਹੀਂ ਕੀ ਹੋਇਆ, ਲੋਕਾਂ ਨੂੰ ਸਤਿਗੁਰ ਦਾ ਬਿਲਕੁਲ ਡਰ ਨਹੀਂ। ਅਸੀਂ 5 ਸਾਲ ਦੇ ਬੱਚੇ ਤੋਂ ਭੈ ਮੰਨਦੇ ਹਾਂ ਵੀ ਅਸੀਂ ਇਹ ਸਾਡੀ ਕੋਈ ਐਬ ਪਾਪ ਕਿਤੇ ਗਾਹ ਨਾ ਗੱਲ ਕਰਦੇ, ਜਿਹੜਾ ਸਾਡੇ ਅੰਦਰ ਸਤਿਗੁਰ ਬੈਠਾ ਹੈ 24 ਘੰਟੇ ਸਾਨੂੰ ਦੇਖ ਰਿਹਾ ਹੈ, ਉਹਦਾ ਕਿਸੇ ਨੂੰ ਡਰ ਨਹੀਂ ਹੈ। ਜਿੰਨਾ ਚੱਕਰ ਅਸੀਂ ਉਹਦਾ ਡਰ ਨਹੀਂ ਮੰਨਦੇ, ਉਨਾ ਚੱਕਰ ਅਸੀਂ ਫਾਇਦਾ ਨਹੀਂ ਉਠਾ ਸਕਦੇ। ਹਾਂਜੀ, ਤੇਰੇ ਨਾਂ ਤੇ ਲੱਗਣ ਸ਼ਬੀਲਾਂ, ਮਾਂ ਨੂੰ ਪੁੱਛਦੇ ਪਾਣੀ ਨਾ, ਤੇਰੇ ਨਾਂ ਤੇ ਲੱਗਣ ਸ਼ਬੀਲਾਂ, ਮਾਂ ਨੂੰ ਪੁੱਛਦੇ ਪਾਣੀ ਨਾ, ਗ੍ਰੰਥ ਸਾਹਿਬ ਤਾਂ ਪੜ੍ਹ ਲੈ ਆਪਾਂ ਪਰ ਸਮਝੀ ਗੁਰਬਾਣੀ ਨਾ, ਗ੍ਰੰਥ ਸਾਹਿਬ ਤਾਂ ਪੜ੍ਹ ਲੈ ਆਪਾਂ ਪਰ ਸਮਝੀ ਗੁਰਬਾਣੀ ਨਾ, ਬੜਾ ਪੈਸਾ ਇਕੱਠਾ ਕੀਤਾ ਤੇਰੇ ਨਾਂ ਦੀਆਂ ਜੱਗਾਂ ਨੇ, ਪੈਸਾ ਇਕੱਠਾ ਕੀਤਾ ਤੇਰੇ ਨਾਂ ਦੀਆਂ ਜੱਗਾਂ ਨੇ, ਵੇਖ ਬਾਬਾ ਜੀ ਹੋ ਵੇਖ ਨਾਨਕਾ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾਂ ਨੇ, ਵੇਖ ਨਾਨਕਾ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾਂ ਨੇ। ਹੋ ਜਗਮਾਲ ਵਾਲੀ
ਜਿਵੇਂ ਐ ਮਜਲਸ ਚੱਲੀ ਜਾਂਦੀ ਹੈ, ਪ੍ਰੋਗਰਾਮ ਚੱਲੀ ਜਾਂਦਾ, ਮਨੇ ਸਾਹਿਬ ਬੈਠੇ ਹੈ, ਦੋ ਆ ਗਏ ਬੜੇ ਕੀ ਉਹਨੂੰ ਕਹਿੰਦੇ ਨਾ ਆਪਣੇ ਅੱਗੇ ਗੁਰੂ ਦੇ ਲਾਡਲੇ ਸਿੱਖ, ਉਹਨਾਂ ਨੂੰ ਨਿੰਗ ਨਹੀਂ ਬੁੱਢਾ ਦਲ ਵਾਲੇ, ਦੋ ਆ ਕੇ ਬੜੀਆਂ ਰੱਬਾਂ ਦੀਆਂ ਗੱਲਾਂ ਸੁਣਾਈਆਂ, ਰੱਬ ਨੂੰ ਪੌੜੀਆਂ ਲਾਤੀਆਂ, ਐਂ ਸੀ ਜੀ ਐਂ ਸੀ। ਇੱਕ ਜ਼ਮੀਂਦਾਰ ਇੱਕ ਗਰੀਬ ਆਦਮੀ ਖੜ੍ਹਾ ਹੋ ਗਿਆ, ਕਹਿੰਦਾ ਜੀ ਮੈਂ ਵੀ ਪੰਜ ਮਿੰਟ ਬੋਲ ਸਕਦਾ ਕਿ ਬੋਲੋ ਜੀ। ਕਹਿੰਦਾ ਜੀ ਆਹ ਜਿਹੜੇ ਹੁਣ ਲੈਕਚਰ ਦੇ ਕੇ ਹਟੇ ਨਾ, ਇਹਨਾਂ ਨੂੰ ਮਾਲਕ ਜਮਾਂ ਨਹੀਂ ਬਖਸ਼ਦਾ, ਕਿਉਂ ਬਈ ਇਹਨਾਂ ਨੇ ਸਾਰੇ ਬੋਕ ਮੁਕਾ ਤੇ। ਸ਼ਾਮ ਨੂੰ ਜਾਂਦੇ ਨਾ ਜਿਹੜੇ ਬੱਕਰੇ ਦਾ ਕੰਨ ਫੜ ਲਿਆਉਂਦੇ ਨੇ, ਕਦੇ ਪੇਟ ਦਾ ਕੰਨ ਫੜ ਲਿਆਉਂਦੇ ਨੇ, ਅਤੇ ਲਾਉਂਦੇ ਨੇ ਰੱਬ ਨੂੰ ਪੌੜੀਆਂ, ਸਾਡੇ ਸਾਰੇ ਬੋਕ ਮੁਕਾ ਤੇ, ਸਾਰੀਆਂ ਸਾਰੀਆਂ ਭੇਡਾਂ ਮੁਕਾਤੀਆਂ, ਉਹ ਸਾਹ ਨਾ ਕੱਢਣ, ਲਾ ਲਓ ਹਿਸਾਬ ਲੈ, ਬੜਾ ਭੇਸ ਬਣਾਇਆ, ਕਿਰਪਾਨਾਂ ਪਾ ਰੱਖੀਆਂ, ਤੁਰਨੇ ਛੱਡੇ ਹੋਏ ਨੇ, ਸਾਹ ਨਾ ਕੱਢਣ। ਕਹਿੰਦੇ ਸਾਡੇ ਕੱਲ੍ਹ ਹੀ ਗਏ, ਕਹਿੰਦਾ ਬੱਕਰਾ ਫੜ ਲਿਆਂਦਾ, ਅਸੀਂ ਮਸਾਂ ਲਿਆਂਦਾ ਸੀਗਾ, ਅਸੀਂ ਰੋਏ ਕਲਾਏ ਪੈਰੀਆਂ ਤਲਾਇਆ। ਕਹਿੰਦੇ ਇਹ ਤਾਂ ਗੁਰੂ ਦੀਆਂ ਲਾਡਲੀਆਂ ਸੰਗਤਾਂ ਹੈ। ਲੈ ਸੰਗਤਾਂ ਕਿਹੜੀਆਂ, ਤੂੰ ਤਾਂ ਜ਼ੁਲਮ ਕਮਾਉਣ ਵਾਲੇ ਹੋ ਬਈ, ਦੱਸੋ ਲੈ। ਉਹਨਾਂ ਨੂੰ ਉੱਥੋਂ ਖੜਾ ਛਡਾਉਣਾ ਔਖਾ ਹੋ ਗਿਆ ਉਸ ਤੋਂ। ਕਹਿੰਦਾ ਜੀ ਅਸੀਂ ਤਾਂ ਰੋਂਦੇ ਹਾਂ, ਗਰੀਬ ਆਦਮੀ ਬੱਕਰੀਆਂ ਭੇਡਾਂ ਚਰਾਉਂਦੇ ਹਾਂ, ਇਹਨਾਂ ਨੇ ਇੱਕ ਬੱਕਰਾ ਨਹੀਂ ਸਾਡਾ ਛੱਡਿਆ। ਕਹਿੰਦੇ ਇੱਕ ਲਾਡਲੀਆਂ ਗੁਰੂਆਂ ਦੀ ਸੰਗ, ਗੁਰੂਆਂ ਨੇ ਤਾਂ ਚਮੜੀਆਂ ਤਾਰਤੀਆਂ ਆਪਣੀਆਂ, ਆਪਣੇ ਪਰਿਵਾਰ ਬੇੜੇ ਚੜ੍ਹਾ ਤੇ, ਗੁਰੂਆਂ ਨੂੰ ਐਵੇਂ ਬਦਨਾਮ ਕਰੀ ਜਾਂਦੇ ਹਾਂ। ਦੱਸੋ ਅੱਗੇ ਲਾਡਲੀਆਂ ਸੰਗਤਾਂ ਹੈ, ਦੇਖ ਲਓ ਆਹ ਹਾਲ ਹੈ ਸਾਡੇ ਸਾਹਮਣੇ ਦੀ ਗੱਲ ਹੈ, ਕੋਈ 500 ਬੰਦਾ ਬੈਠਾ ਸੀ ਇਹ। ਹਾਂਜੀ ਤਕੜੀ ਤਾਜ ਵੀ ਉਹੀ ਹੈ ਪਰ ਤੋਲ ਚ ਖੋਟਾ ਨੇ, ਤਕੜੀ ਤਾਜ ਵੀ ਉਹੀ ਹੈ ਪਰ ਤੋਲ ਚ ਖੋਟਾ ਨੇ, ਕਰ ਧਰਮ ਦੇ ਨਾਂ ਤੇ ਦੰਗੇ ਤਾਂ ਲੁੱਟ ਦੇ ਵੋਟਾਂ ਨੇ, ਕਰ ਧਰਮ ਦੇ ਨਾਂ ਤੇ ਦੰਗੇ ਤਾਂ ਲੁੱਟ ਦੇ ਵੋਟਾਂ ਨੇ, ਇੱਕ ਕੁਰਸੀ ਦੇ ਖਾਤਿਰ ਸਿਰ ਤੋਂ ਲੱਥੀਆਂ ਪੱਗਾਂ ਨੇ, ਇੱਕ ਕੁਰਸੀ ਦੇ ਖਾਤਰ ਸਿਰ ਤੋਂ ਲੱਥੀਆਂ ਪੱਗਾਂ ਨੇ, ਵੇਖ ਬਾਬਾ ਜੀ ਹੋ ਦੇਖ ਨਾਨਕਾ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾਂ ਨੇ, ਵੇਖ ਨਾਨਕਾ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾਂ ਨੇ। ਉਹ ਕਹਿੰਦਾ ਕਿ ਸਾਰੀ ਦੁਨੀਆਂ ਨੂੰ ਮਾਫੀ ਹੋ ਜੂਗੀ ਮੈਨੇਜਰ ਸਾਹਿਬ ਜੀ, ਪਰ ਇਹ ਲੋਕ ਨਹੀਂ ਬਖਸ਼ੇ ਜਾਣਗੇ। ਉੱਥੇ ਮੈਂ ਪੱਲੀਏ ਰਹਿੰਦਾ ਸੀਗਾ, ਸਾਡੇ ਪ੍ਰਧਾਨ ਬੜੀ ਸੇਵਾ ਕਰਦਾ ਸੀਗਾ, ਲੇਕਿਨ ਗੁਰਦੁਆਰੇ ਦਾ ਪ੍ਰਧਾਨ ਸੀ, ਉਹਨੇ ਨਾਮ ਨਹੀਂ ਲਿਆ ਸੀ ਅਤੇ ਦਾਰੂ ਘਰ ਦੀ ਕੱਢਦਾ ਸੀ ਉਹ। ਉੱਥੇ ਇੱਕ ਅੰਮ੍ਰਿਤਧਾਰੀ ਸਿੱਖ ਆ ਗਿਆ, ਗਾਂ ਉਹਨੇ ਵੇਚੀ ਅਤੇ ਮੀਂਹ ਪੈ ਕੇ ਹਟਿਆ ਸਿਆਲ ਦਾ ਦਿਨ। ਪ੍ਰਧਾਨ ਜੀ ਕਹਿੰਦਾ ਬਈ ਕੀ ਛਕੇਗਾ, ਕਹਿੰਦਾ ਜੀ ਜੋ ਛਕਾਓਗੇ। ਕਹਿੰਦੇ ਫਿਰ ਮੈਂ ਤਾਂ ਘਰ ਦੀ ਦਾਰੂ ਕੱਢਦਾ। ਪ੍ਰਧਾਨ ਕਹਿੰਦਾ ਲਾ ਲਾ ਪੇਕ, ਫਿਰ ਕਹਿੰਦੇ ਫਿਰ ਲਾ ਲੈਂਦੇ ਹਾਂ। ਉਹਨੇ ਗਿਆਨੀ ਨੇ ਇੱਕ ਪੇਕ ਲਾ ਲਿਆ, ਇੱਕ ਹੋਰ ਦੇਤਾ, ਅਤੇ ਗਿਆਨੀ ਨੇ ਤੋਂ ਐਂ ਤੁਰ ਲਿਆ ਜਾ ਗਿਆ, ਅਤੇ ਫਿਰ ਉਹ ਕਿਰਪਾਨ ਜਿਹੜੀ ਹੈ ਨਾ ਕੱਢ ਕੇ ਵਿੱਚੋਂ, ਅਤੇ ਉਹ 'ਚੋਂ ਜਰਦਾ ਕੱਢਿਆ ਉਸਨੇ। ਦੇਖੋ ਕਹਿੰਦਾ ਉਹ ਤੁਹਾਡਾ ਬੇੜਾ ਗਰਕ ਹੋ ਜੇ, ਤੁਸੀਂ ਤਾਂ ਕੜਾਹ ਦੇ ਵਿੱਚ ਫੇਰ ਦਿਓ ਕਿ ਪ੍ਰਵਾਨ ਹੋਵੇ ਦੇਗ, ਬਾਬਾ ਜੀ ਤੁਸੀਂ ਪ੍ਰਵਾਨ ਕਰੋ, ਅਤੇ ਤੂੰ ਤਮਾਖੂ ਪਾ ਰੱਖਿਆ, ਆਹ ਤਾਂ ਸਾਡੀਆਂ ਭਗਤੀਆਂ ਨੇ, ਅਸੀਂ ਉਹ ਜਾਂ ਤੂੰ ਖੰਡ ਪਾਠ ਕਰਾਵਾਂਗੇ ਤਾਂ ਸਾਡੇ ਕੀ ਬਈ ਉੱਥੇ ਨਿਆਲ ਹੋਣਗੇ ਬਈ। ਸਮਾਂ ਜ਼ੁਲਮੀ ਬੰਦਿਆਂ ਨੂੰ ਘਰੇ ਪਾੜਨਾ, ਗੁਰੂ ਗ੍ਰੰਥ ਸਾਹਿਬ ਇਤਨਾ ਸੁੱਚੀ ਉੱਚੀ ਬਾਣੀ ਹੈ, ਕੀਮਤੀ ਹੈ, ਇਹ ਜੇ ਲੋਕਾਂ ਦੇ ਹੱਥ ਚੜੇ ਹੋਏ ਹਾਂ ਅਸੀਂ, ਦੱਸੋ ਲੈ। ਉਹ ਕਹਿੰਦਾ ਤੇਰਾ ਬੇੜਾ ਗਰਕ ਹੋ ਜੇ, ਕਹਿੰਦਾ ਅਸੀਂ ਤਾਂ ਤੈਥੋਂ ਵੀ ਚੰਗੇ ਹਾਂ। ਕਹਿੰਦਾ ਹੈਂ ਤੂੰ ਅੰਮ੍ਰਿਤਧਾਰ ਬੰਦਾ ਤੇ ਆ ਦੇਖੋ ਤੰਬਾਕੂ ਪਾਈ ਫਿਰਦੇ, ਹਕੀਕਤ ਦੀ ਗੱਲ ਹੈ, ਦੇਖੋ ਲੈ ਉਹਨੂੰ ਖੇੜਾ ਛਡਾਉਣਾ ਔਖਾ ਹੋ ਗਿਆ, ਆਹ ਸਾਡੀ ਭਗਤੀ ਹੈ। ਅਸੀਂ ਤਾਂ ਸਮਾਂ ਜ਼ੁਲਮ ਕਰੀ ਜਾਂਦੇ ਹਾਂ, ਸਮਾਂ ਇੱਦੋਂ ਦਾ ਸਮਾਂ ਸਤਸੰਗੀ ਬੰਦਾ ਨਾ ਹੋਵੇ,
ਜੇ ਬੰਦਾ ਲੈਣ 'ਤੇ ਨਹੀਂ ਚੱਲ ਸਕਦਾ ਤਾਂ ਇਹ ਨਾ ਹੋਵੇ। ਜੇ ਲੈਣ 'ਚ ਆ ਗਏ ਭਾਵੇਂ ਜਾਨ ਚਲੀ ਜਾਵੇ, ਬੰਦਾ ਅਸੂਲਾਂ ਤੋਂ ਨਾ ਗਿਰੋ। ਉਹਨੂੰ ਅਸੀਂ ਪ੍ਰੇਮੀ ਕਹਿ ਸਕਦੇ ਹਾਂ ਕਿ ਪ੍ਰੇਮੀ ਪ੍ਰੇਮੀ ਯਾਰੋ, ਸਭ ਕੋਈ ਕਹਿੰਦਾ, ਮੈਂ ਵੀ ਆਖਿਆ ਪ੍ਰੇਮੀ। ਪ੍ਰੇਮੀ ਡੰਗ ਸਮੁੰਦਰੋਂ ਜਾਂਦੇ ਪਰ ਸਾਤੋਂ ਆੜ ਨਾ ਜਾਂਦੀ ਟੱਪੀ। ਕਿਉਂ ਨਹੀਂ ਟੱਪੀ ਜਾਂਦੀ ਬਈ? ਅਸੀਂ ਹੁਕਮ ਹੀ ਨਹੀਂ ਮੰਨਦੇ ਗੇ। ਹਾਂਜੀ, ਬਾਣੀ ਦੇ ਪ੍ਰਚਾਰਕ ਵੀ ਹੁਣ ਬੱਤੀਆਂ ਲਾਉਂਦੇ ਨੇ, ਬਾਣੀ ਦੇ ਪ੍ਰਚਾਰਕ ਵੀ ਹੁਣ ਬੱਤੀਆਂ ਲਾਉਂਦੇ ਨੇ, ਘਰ ਲਾਲੋ ਦਾ ਛੱਡ ਕੇ ਉਹ ਪਾਗੋ ਦੇ ਜਾਂਦੇ ਨੇ, ਘਰ ਲਾਲੋ ਦਾ ਛੱਡ ਕੇ ਉਹ ਪਾਗੋ ਦੇ ਜਾਂਦੇ ਨੇ, ਸਿੱਖਿਆ ਤੇਰੀ ਰੋਲ ਦਿੱਤੀ ਏ ਨਲਾਈ ਲੱਗਾ ਨੇ, ਸਿੱਖਿਆ ਤੇਰੀ ਰੋਲ ਦਿੱਤੀ ਏ ਨਲਾਈ ਲੱਗਾ ਨੇ, ਵੇਖ ਬਾਬਾ ਜੀ ਹੋ ਵੇਖ ਨਾਨਕਾ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾ ਨੇ, ਵੇਖ ਨਾਨਕਾ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾ ਨੇ, ਵੇਖ ਬਾਬਾ ਜੀ ਆ ਕੇ ਦੇਸ਼ ਤੇਰਾ ਖਾ ਲਿਆ ਠੱਗਾ ਨੇ। ਦੰਦਨ ਸਤਿਗੁਰੂ ਤੇਰਾ ਹੀ ਆਸਰਾ। ਅੱਜ ਪਤਾ ਨਹੀਂ ਕੀ ਮੈਨੂੰ ਚਾਹ ਕਹਿ ਜੀ ਪੈ ਜੀ, ਅੱਜ ਐਸਾ ਪ੍ਰੋਗਰਾਮ ਚੱਲਿਆ। ਮੈਂ ਪਲੀਏ ਤੋਂ ਆਇਆ, ਮੇਰਾ ਬਾਪੂ ਬਿਮਾਰ ਚੱਲਦਾ ਸੀਗਾ, ਸਾਡਾ ਘਰ ਬਾਰ ਬਾਰ ਹੈ, ਸ਼ਾਮ ਦਾ ਟਾਈਮ। ਇੱਧਰੋਂ ਇੱਕ ਰੋਜ਼ ਆਇਆ ਬੜਾ ਤਕੜਾ, ਉਹਦੇ ਪਿੱਛੇ 20 ਆਦਮੀ, ਕੋਈ ਕੁਹਾੜੀ ਮਾਰਦਾ, ਕੋਈ ਕੁਛ ਮਾਰਦਾ, ਥੋੜ੍ਹਾ ਗਾਂਹ ਲੰਘ ਗਿਆ, ਉਹ ਮੁੜ ਕੇ ਸਾਡੇ ਵੀ ਨਹੀਂ ਫਿਰ ਮੁੜਿਆ ਆ। ਮੈਂ ਆਖਿਆ ਕਿਤੇ ਮੇਰੇ ਬਾਪੂ ਦੇ ਮੰਜੇ 'ਤੇ ਨਾ ਚੜ੍ਹ ਜੇ ਕਿਤੇ, ਰੋਕਾ ਲਾ ਕੇ ਆਪਣੇ ਘਰ ਆ ਗਿਆ। ਮੈਂ ਕਿਹਾ ਵੀ ਹੁਣ ਸਾਡੇ ਘਰ ਆ ਗਿਆ, ਖਬਰਦਾਰ ਹੈ, ਮੈਂ ਪੁਲਿਸ ਨੂੰ ਫੋਨ ਕਰ ਦੂੰਗਾ। ਮੈਂ ਕਿਹਾ ਆਪਣੇ ਘਰ ਆ ਕੇ ਬੈਠ ਗਿਆ, ਸਾਡੇ ਸਾਰਿਆਂ ਤੋਂ ਕਿਸੇ ਤੋਂ ਨਾ ਡਰੇ, ਪਾਣੀ ਵੀ ਪਿਆਇਆ, ਗੁੜ ਖਵਾਇਆ, ਉਹਨਾਂ ਵੀ ਨਹੀਂ ਚਾਖੇ ਸਾਰੇ, ਉਹ ਮਾਸਾਹਾਰੀ ਬੰਦੇ ਸੀਗੇ, ਕਿਉਂ ਉਹਨਾਂ ਦੇ ਅੰਦਰੋਂ ਮਾਸ ਦੀ ਬਦਬੂ ਆਉਂਦੀ ਸੀ। 4-5 ਦਿਨ ਆਪਣੇ ਘਰ ਬੈਠਾ ਰਿਹਾ। ਦੇਖੋ ਮੈਂ ਕਿਹਾ ਵੀ ਇਹ ਨੇ ਹੁਣ ਸਾਡੇ ਘਰ ਸ਼ਰਨ ਲੈ ਲਈ, ਅਸੀਂ ਪੁਲਿਸ ਨੂੰ ਫੋਨ ਕਰ ਦਿਆਂਗੇ, ਭੱਜ ਜਾਓ ਸਾਰੇ ਇੱਥੋਂ। ਛੱਟੀਆਂ ਵਾਲੇ ਛੋਟ ਦੇ ਨਾਲ ਆ ਕੇ ਡਿੱਗ ਪਿਆ, ਉੱਥੇ ਬਹਿ ਗਿਆ। ਐਵੇਂ ਜਿਵੇਂ ਮੈਂ ਤੁਹਾਨੂੰ ਇੱਕ ਹੋਰ ਕੀ ਸੁਣਾਉਂਦਾ ਸੀਗਾ, ਹੁਣ ਮੈਂ ਭੁੱਲਣ ਲੱਗ ਗਿਆ, ਪਤਾ ਨਹੀਂ ਕੀ ਗੱਲ ਹੋ ਗਈ। ਚਲੋ ਤੂੰ ਬੋਲ, ਹੋ ਗਿਆ ਪੂਰਾ ਬਾਈ? ਹਾਂ ਨਹੀਂ, ਸਹੀ ਗੱਲ ਹੈ, ਮੌਕੇ ਦੀ ਗੱਲ ਆ ਜਾਂਦੀ ਹੈ ਨਾ ਜੀ। ਜਾਤ ਪਾਤੀਏ ਕੋਈ ਨਾ ਪੁੱਛੇ, ਕਰਨਾ ਪਿਆਰ ਸਿਖਾਵੇ, ਪਰ ਦਿੰਦਾ ਖੁਸ਼ੀਆਂ ਨਾ ਕਾਸੇ, ਜੋ ਇਸ ਦਾ ਹੋ ਜਾਵੇ। ਪਿਆਰੇ ਪਿਆਰੇ ਬੋਲ ਬੋਲ ਕੇ, ਮਿੱਠੇ ਮਿੱਠੇ ਬੋਲ ਬੋਲ ਕੇ, ਸਭਨਾਂ ਨੂੰ ਲੈਂਦਾ ਮੋ, ਚੰਨਾ ਵੇ ਤੇਰੀ ਚਾਨਣੀ, ਤਾਰਿਆ ਵੇ ਤੇਰੀ ਲੋ, ਤਾਰਿਆ ਵੇ ਤੇਰੀ ਲੋ। ਸਤਿਗੁਰੂ ਇੱਦਾਂ ਵੰਡ ਰਿਹਾ ਏ, ਦਾਤਾ ਇੱਦਾਂ ਵੰਡ ਰਿਹਾ ਏ, ਪਿਆਰ ਦੀ ਏ ਖੁਸ਼ਬੋ, ਚੰਨਾ ਵੇ ਤੇਰੀ ਚਾਨਣੀ, ਤਾਰਿਆ ਵੇ ਤੇਰੀ ਲੋ। ਬਖਸ਼ਣ ਹਾਰੇ ਤੇਰੇ ਦੁਆਰੇ, ਅਰਦਾਸ ਕਰਾਂ ਮੈਂ ਤੇ ਜਾਵਾਂ ਵਾਰੇ, ਵਾਹਿਗੁਰੂ
ਡੇਰਾ ਵਾਲਿਆ ਸੱਚੇ ਪਾਤਸ਼ਾਹ ਵਾਹਿਗੁਰੂ ਮੇਰਾ ਵਾਲਿਆ ਸੱਚੇ ਪਾਤਸ਼ਾਹ ਹੌਸਲਾ ਬਣਾਈ ਰੱਖੀ ਸਿਰ ਤੋਂ ਨਾ ਹੱਥ ਚੁੱਕੀ ਦੇਵੀ ਬਸ ਚਰਣਾ ਚ ਥਾਂ ਵਾਹਿਗੁਰੂ ਮੇਰਾ ਵਾਲਿਆ ਸੱਚੇ ਪਾਤਸ਼ਾਹ ਡਿੱਗ ਨਹੀਂ ਸਕਦਾ ਸਿਰ ਤੇ ਤੇਰੀ ਓਟ ਦਾ ਤਿਆ ਦੂਰ ਕਰੀ ਜੇ ਹੋਵੇ ਮਨ ਵਿੱਚ ਖੋਟ ਦਾ ਤਿਆ ਡਿੱਗ ਨਹੀਂ ਸਕਦਾ ਸਿਰ ਤੇ ਤੇਰੀ ਓਟ ਦਾ ਤਿਆ ਦੂਰ ਕਰੀ ਜੇ ਹੋਵੇ ਮਨ ਵਿੱਚ ਖੋਟ ਦਾ ਤਿਆ ਕਰਾਂ ਹੱਕ ਦੀ ਕਮਾਈ ਚੰਗੇ ਕੰਮ ਜਾਵਾਂ ਲਾਈ ਐਨੀ ਅੱਕ ਕਰੀ ਰਹਿਮਤਾਂ ਵਾਹਿਗੁਰੂ ਮੇਰਾ ਵਾਲਿਆ ਸੱਚੇ ਪਾਤਸ਼ਾਹ ਹੌਸਲਾ ਬਣਾਈ ਰੱਖੀ ਸਿਰ ਤੋਂ ਨਾ ਹੱਥ ਚੁੱਕੀ ਦੇਵੀ ਬਸ ਚਰਣਾ ਚ ਥਾਂ ਦੁੱਖਾਂ ਵਿੱਚ ਵੀ ਸ਼ੁਕਰ ਮਨਾਉਂਦੇ ਕਈਆਂ ਨੂੰ ਤੱਕਿਆ ਅਗਰ ਤੱਕਣ ਤੇਰਾ ਸ਼ੁਕਰਾਨਾ ਕਰ ਵੀ ਨਾ ਸਕਿਆ ਦੁੱਖਾਂ ਵਿੱਚ ਵੀ ਸ਼ੁਕਰ ਮਨਾਉਂਦੇ ਕਈਆਂ ਨੂੰ ਤੱਕਿਆ ਅਗਰ ਤੱਕਣ ਤੇਰਾ ਸ਼ੁਕਰਾਨਾ ਕਰ ਵੀ ਨਾ ਸਕਿਆ ਕਰਾਂ ਹੱਕ ਦੀ ਕਮਾਈ ਚੰਗੇ ਕੰਮ ਜਾਵਾਂ ਲਾਈ ਐਨੀ ਅੱਕ ਕਰੀ ਰਹਿਮਤਾਂ ਵਾਹਿਗੁਰੂ ਮੇਰਾ ਵਾਲਿਆ ਸੱਚੇ ਪਾਤਸ਼ਾਹ ਹੌਸਲਾ ਬਣਾਈ ਰੱਖੀ ਸਿਰ ਤੋਂ ਨਾ ਹੱਥ ਚੁੱਕੀ ਦੇਵੀ ਬਸ ਚਰਣਾ ਚ ਥਾਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਪ੍ਰਸ਼ਾਦ ਵੰਡਾ ਦਿੰਦੇ ਤੂੰ ਚੱਲਣਾ ਮੇਰੇ ਮਨ ਗੁਰੂ ਕੇ ਸਹਾਰੇ ਬਾਬਾ ਤੇਰੇ ਖੇਲ ਦਾ ਇੱਥੇ ਵੱਡੇ ਵੱਡੇ ਹਾਰੀ ਕੇ ਚੱਲੇ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲ ਉਹ ਨੀਲੇ ਮਹਿਲਾ ਵਾਲੇ ਆ ਸਾਈਆਂ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲ ਦਾ ਵੱਡੀਆਂ ਵੱਡੀਆਂ ਅਸੀਂ ਕੀਤੀਆਂ ਕਮਾਈਆਂ ਵੱਡੀਆਂ ਵੱਡੀਆਂ ਅਸੀਂ ਕੀਤੀਆਂ ਕਮਾਈਆਂ ਅੰਤ ਦੇ ਵੇਲੇ ਸਾਡੇ ਕੰਮ ਨਾ ਆਈਆਂ ਅੰਤ ਦੇ ਵੇਲੇ ਸਾਡੇ ਕੰਮ ਨਾ ਆਈਆਂ ਝਾੜੀ ਚੱਲੇ ਚਾਰੇ ਪੱਲੇ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲ ਦਾ ਉਹ ਝਾੜੀ ਚੱਲੇ ਚਾਰੇ ਪੱਲੇ
ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲ ਦਾ ਵੱਡੇ ਵੱਡੇ ਹਾਰੇ ਕੇ ਚੱਲੇ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲ ਦਾ ਉਹ ਨੀਲੇ ਮਹਿਲ ਵਾਲੇ ਆ ਸਾਈਆਂ ਪਤਾ ਨਹੀਂ ਲੱਗਦਾ ਤੇਰੇ ਖੇਲ ਦਾ ਧੀਆਂ ਪੁੱਤਰਾਂ ਦੇ ਕਾਰੀ ਹੋਵਣਗੇ ਧੀਆਂ ਪੁੱਤਰਾਂ ਦੇ ਘਰ ਹੋਵਣਗੇ ਪੋਤਰੇ ਆਂਤੀ ਦੇ ਵੇਲੇ ਕੋਈ ਕੋਲ ਨਾ ਖਲੋਤਰੇ ਆਂਤੀ ਦੇ ਵੇਲੇ ਕੋਈ ਕੋਲ ਨਾ ਖਲੋਤਰੇ ਚੱਲੇ ਮੂਸਾ ਪੀਰ ਇਕੱਲੇ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲ ਦਾ ਹਾਂ ਚੱਲੇ ਮੂਸਾ ਪੀਰ ਇਕੱਲੇ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਡਦਾ ਇੱਥੇ ਵੱਡੇ ਵੱਡੇ ਹਾਰ ਕੇ ਚੱਲੇ ਪਤਾ ਨਹੀਂ ਲੱਗਦਾ ਮਾਇਆ ਜੋੜੀ ਲੱਖ ਕਰੋੜੀ ਮਾਇਆ ਜੋੜੀ ਲੱਖ ਕਰੋੜੀ ਮਾਇਆ ਜੋੜੀ ਲੱਖ ਕਰੋੜੀ ਮਾਇਆ ਹਜੇ ਵੀ ਤ੍ਰਿਸ਼ਨਾ ਤੇਰੀ ਹੋਤੀ ਨਾ ਥੋੜੀ ਹਜੇ ਵੀ ਤ੍ਰਿਸ਼ਨਾ ਤੇਰੀ ਹੋਤੀ ਨਾ ਥੋੜੀ ਨਾਲ ਚੱਲੇ ਨਾ ਇੱਕ ਤੇਲਾ ਪਤਾ ਨਹੀਂ ਲੱਗਦਾ ਬਾਬਾ ਤੇਰੇ ਰੰਗਾਂ ਦਾ ਨਾਲ ਚੱਲੇ ਨਾ ਇੱਕ ਤੇਲਾ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲਦਾ ਇੱਥੇ ਵੱਡੇ ਵੱਡੇ ਹਾਰ ਕੇ ਚੱਲੇ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲਦਾ ਨੀਲੇ ਮਹਿਲ ਵਾਲੇ ਆ ਸਾਈਆਂ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲਦਾ ਗੋਰੀ ਕਲੂ ਮੈਂ ਬਣ ਕੇ ਆਇਆ ਸੇਵਾਦਾਰੀ ਗੋਰੀ ਕਲੂ ਮੈਂ ਬਣ ਕੇ ਆਇਆ ਸੇਵਾਦਾਰੀ ਨਾਮ ਜੀ ਜਪ ਲੋ ਕਹੇ ਵਾਰੋ ਵਾਰੀ ਨਾਮ ਜੀ ਜਪ ਲੋ ਕਹੇ ਵਾਰੋ ਵਾਰੀ ਤੇਰੇ ਨਾਮ ਜਪਣ ਦਾ ਇਹੋ ਵੇਲਾ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲ ਹੁਣ ਨਾਮ ਜਪਣ ਦਾ ਇਹੋ ਵੇਲਾ ਪਤਾ ਨਹੀਂ ਲੱਗਦਾ ਬਾਬਾ ਤੇਰੇ ਇੱਥੇ ਵੱਡੇ ਵੱਡੇ ਹਾਰ ਕੇ ਚੱਲੇ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲਦਾ ਨੀਲੇ ਮਹਿਲਾਂ ਵਾਲੇ ਆ ਸਾਈਆਂ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲਦਾ ਖੁਸ਼ੀ ਪੂਰੀ ਧਾਮ ਵਾਲੇ ਸਾਈਆਂ ਪਤਾ ਨਹੀਂ ਲੱਗਦਾ ਬਾਬਾ ਤੇਰੇ ਇੱਥੇ ਵੱਡੇ ਵੱਡੇ ਹਾਰ ਕੇ ਚੱਲੇ ਪਤਾ ਨਹੀਂ ਲੱਗਦਾ ਬਾਬਾ ਤੇਰੇ ਖੇਲਦਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹਰ ਜਗ੍ਹਾ ਸਮਰਥ ਸਾਈਂ ਜੀ ਤੇਰਾ ਹੀ ਆਸਰਾ ਆਵੇ ਲੰਗਰ ਇੱਥੇ ਪੱਲੀਆਂ ਪੁੱਲੀਆਂ ਵਿਛਾ ਕਿੱਥੇ ਖਵਾਉਂਗੇ ਬਈ ਲੰਗਰ